ਲੁਧਿਆਣੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਹਰਸ਼ ਕੌਰ। ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਖੁਸ਼ੀਆਂ ਆਈਆਂ। ਸਿੱਧੂ ਮੂਸੇਵਾਲੇ ਦਾ ਨੰਨੇ ਵੀਰ ਛੋਟੇ ਭਰਾ ਨੇ ਜਨਮ ਲਿਆ ਔਰ ਇਹ ਜਿਹੜੀ ਖੁਸ਼ੀ ਆ ਇਹ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਫੋਟੋ ਪਾ ਕੇ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨਸ ਜਿਹੜੇ ਕਿ ਇੰਨੇ ਜ਼ਿਆਦਾ ਖੁਸ਼ੀ ਦੇ ਵਿੱਚ ਨੇ ਕਿ ਹਰ ਕਿਤੇ ਸੋਸ਼ਲ ਮੀਡੀਆ 'ਤੇ ਸਿਰਫ ਔਰ ਸਿਰਫ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀ ਤਸਵੀਰ ਹੀ ਜਿਹੜੀ ਕਿ ਵਾਇਰਲ ਹੋ ਰਹੀ ਹੈ, ਤਸਵੀਰ ਹੀ ਜਿਹੜੀ ਕਿ ਸ਼ੇਅਰ ਕੀਤੀ ਜਾ ਰਹੀ ਹੈ। ਔਰ ਇਸ ਦੇ ਨਾਲ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਵੀ ਫੈਨਸ ਨੇ ਉਹਨਾਂ ਦੇ ਕਮੈਂਟ ਸੈਕਸ਼ਨ 'ਚ ਜੋ ਫੈਨਸ ਲਿਖ ਰਹੇ ਨੇ ਕਿ ਇੱਦਾਂ ਲੱਗ ਰਿਹਾ ਕਿ ਸਿੱਧੂ ਮੂਸੇਵਾਲੇ ਨੇ ਮੁੜ ਤੋਂ ਜਿਹੜਾ ਕਿ ਜਨਮ ਦਿੱਤਾ ਹੈ, ਇਹ ਸਿੱਧੂ ਮੂਸੇਵਾਲਾ ਹੀ ਹੈ ਜਿਹੜਾ ਮੁੜ ਤੋਂ ਜਿਹੜਾ ਕਿ ਹਵੇਲੀ ਦੇ ਵਿੱਚ ਪਹੁੰਚਿਆ, ਤਾਂ ਬਹੁਤ ਸੋਹਣੀਆਂ ਜਿਹੜੇ ਕਿ ਲੋਕਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਵੱਲੋਂ ਬਹੁਤ ਸੋਹਣੇ ਜਿਹੜੇ ਕਿ ਮੈਸੇਜ ਸ਼ੇਅਰ ਕੀਤੇ ਜਾ ਰਹੇ ਨੇ। ਪਰ ਇਸ ਦੇ ਨਾਲ ਤੁਹਾਨੂੰ ਇਹ ਦੱਸਦੀ ਕਿ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਸਪਤਾਲ ਦੇ ਅੰਦਰ ਦੀ ਵੀਡੀਓ ਆ ਜਿੱਥੇ ਮਾਤਾ ਚਰਨ ਕੌਰ ਵੀ ਵੇਖ ਜਾ ਰਹੀ ਹੈ, ਅਤੇ ਇਸ ਦੇ ਨਾਲ ਹੀ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਜਿਸ ਤਰ੍ਹਾਂ ਛੋਟੇ ਸਿੱਧੂ ਮੂਸੇਵਾਲੇ ਨੂੰ ਜਿਹੜਾ ਕਿ ਗੋਦੀ ਦੇ ਵਿੱਚ ਫੜਿਆ ਹੋਇਆ ਤਸਵੀਰ ਜਿਹੜੀ ਕਿ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨਸ ਉਹਨਾਂ ਸਾਰਿਆਂ ਦੀ ਅੱਖ ਜਿਹੜੀ ਆ ਉਹ ਨਮ ਹੋ ਚੁੱਕੀ ਹੈ। ਤਸਵੀਰਾਂ ਹੋਸਪਿਟਲ ਦੇ ਅੰਦਰ ਦੀ ਵੀ ਆਈਆਂ, ਕੇਕ ਕੱਟਿਆ ਜਾ ਰਿਹਾ, ਜਿਸ ਦੇ ਨਾਲ ਹੀ ਛੋਟਾ ਜਿਹੜਾ ਸਿੱਧੂ ਮੂਸੇਵਾਲਾ ਸਾਰਿਆਂ ਨੂੰ ਮੁੜ ਤੋਂ ਜਿਹੜਾ ਕਿ ਵੇਖਣ ਨੂੰ ਮਿਲਿਆ।